ਮਾਨਯੋਗ DGP ਸਾਹਿਬ ਪੰਜਾਬ ਅਤੇ DIG ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ 'ਤੇ ਕੰਮ ਕਰਦਿਆਂ CIA ਸਟਾਫ ਮੋਗਾ ਨੂੰ ਇੱਕ ਅਚੀਵਮੈਂਟ ਮਿਲੀ ਹੈ। SPD ਮੋਗਾ ਅਤੇ DSPD ਮੋਗਾ ਦੇ ਸੁਪਰਵਿਜ਼ਨ 'ਚ CIA ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਸਾਹਿਬ ਦੀ ਟੀਮ ਨੇ 7 ਅਕਿਊਜ਼ਡ ਅਰੈਸਟ ਕੀਤੇ ਨੇ। ਇਹਨਾਂ ਦੇ ਕੋਲੋਂ ਟੋਟਲ 5 ਪਿਸਟਲ, 32 ਬੋਰ ਸਮੇਤ 7 ਮੈਗਜ਼ੀਨ ਅਤੇ 6 ਲਾਈਵ ਰਾਊਂਡਸ 32 ਬੋਰ ਦੇ ਬਰਾਮਦ ਹੋਏ ਨੇ। ਇਹ ਬੇਸਿਕਲੀ ਜਿਹੜੇ 7 ਅਕਿਊਜ਼ ਨੇ, ਇਹ ਜੱਗਾ ਦੂਰਕੋਟ ਦੀ ਗੈਂਗ ਦੇ ਨਾਲ ਤਾਲੁਕ ਰੱਖਦੇ ਹੈ। ਜੱਗਾ ਦੂਰਕੋਟ ਗੋਲਡੀ ਬਰਾਡ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਐਸੋਸੀਏਟਿਡ ਹੈ। ਇਹ 7 ਦੋਸ਼ੀ ਹੈਗੇ। ਇਹਨਾਂ ਦੇ ਵਿੱਚ ਇੱਕ ਦੋਸ਼ੀ ਕਮਲਦੀਪ ਸਿੰਘ ਉਰਫ ਕਮਲ, ਉਹ 134 ਨੰਬਰ FIR 2022 ਦੀ ਬਦਨੀ ਕਲਾ ਥਾਣੇ ਦਾ, ਉਹਦੇ ਵਿੱਚ POV ਹੈ। ਬਾਕੀ ਜਿਹੜੇ ਅਕਿਊਜ਼ ਨੇ ਉਹਨਾਂ ਦੀ ਡਿਟੇਲ ਤੁਹਾਨੂੰ ਅਸੀਂ ਦਿੱਤੀ ਹੈ। ਇਹਦੇ ਸੰਬੰਧ 'ਚ FIR ਨੰਬਰ 79 ਥਾਣਾ ਮਹਿਣਾ ਦਰਜ ਕੀਤੀ ਹੈ। ਉਹਦੇ ਵਿੱਚ 111, 111-3, 111-4, 308-2, 308-4, 310-4, 310-5 BNS ਸੈਕਸ਼ਨਾਂ ਦੇ ਅੰਡਰ ਅਸੀਂ FIR ਰਜਿਸਟਰ ਕੀਤੀ ਹੈ। ਇਹ ਬੇਸਿਕਲੀ ਐਕਸਟੋਰਸ਼ਨ ਅਤੇ ਡਕੈਤੀ ਦੀ ਪਲੈਨਿੰਗ ਕਰਦੇ ਪਏ ਸੀ ਅਤੇ ਇਹਨਾਂ ਨੂੰ ਬਸ ਸਾਡੇ ਮਹਿਣੇ ਤੋਂ ਸੀਕ੍ਰੇਟ ਇਨਫੋਰਮੇਸ਼ਨ ਦੇ ਬੇਸਿਸ 'ਤੇ CIA ਦੀ ਟੀਮ ਨੇ ਕਾਬੂ ਕਰ ਲਿਆ। ਮੌਕੇ ਤੋਂ ਇਹਨਾਂ ਤੋਂ ਹਥਿਆਰ ਵੀ ਮਿਲ ਗਏ ਅਤੇ ਡਿਊਰਿੰਗ ਇਨਵੈਸਟੀਗੇਸ਼ਨ ਆਹ ਗੱਲ ਸਾਹਮਣੇ ਆਈ ਹੈ ਕਿ ਇਹ ਜੱਗਾ ਦੂਰਕੋਟ ਜੋ ਕਿ ਹੁਣ ਵਿਦੇਸ਼ 'ਚ ਰਹਿ ਰਿਹਾ, ਉਹਦੇ ਕੰਟੈਕਟ 'ਚ ਸੀ ਅਤੇ ਉਹਦੇ ਕਹਿਣ 'ਤੇ ਹੀ ਮਤਲਬ ਕੋਈ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ, ਫਿਰੌਤੀ ਦੀ ਵਾਰਦਾਤ ਨੂੰ ਅਤੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਅਤੇ ਇੱਕ ਵੱਡੀ ਵਾਰਦਾਤ ਪ੍ਰੀਐਮਪ ਹੋ ਗਈ ਹੈ CIA ਸਟਾਫ ਦੀ ਮੁਸਤੈਦੀ ਦੇ ਨਾਲ। ਨਹੀਂ, ਗੱਡੀ ਇਹਨਾਂ ਤੋਂ ਮੌਕੇ 'ਤੇ ਬਰਾਮਦ ਨਹੀਂ ਹੋਈ। ਅੱਡੇ 'ਤੇ ਇਕੱਠੇ ਹੋਏ ਸੀ ਅਤੇ ਕੋਈ ਤਿਆਰੀ ਦੇ ਵਿੱਚ ਸੀਗੇ। ਇਹ ਵੱਖਰੇ ਵੱਖਰੇ ਮੋਗੇ ਸ਼ਹਿਰ ਦੇ ਵਿੱਚ ਵੀ ਅਤੇ ਆਸੇ ਪਾਸੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਐਕਸਟੋਰਸ਼ਨ ਦੀ ਕਾਲ ਕੀਤੀਆਂ ਸੀਗੀ। 3-4 ਸਾਡੇ ਧਿਆਨ 'ਚ ਹੈਗੀ। ਬਾਕੀ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਇਹਨਾਂ ਦੀ ਡੂੰਘਾਈ ਨਾਲ ਪੁੱਛਗਿੱਛ ਕਰਾਂਗੇ। ਹੋਰ ਵੀ ਵਾਰਦਾਤਾਂ ਜਿਹੜੀਆਂ ਹੈ ਉਹ ਸਾਹਮਣੇ ਆ ਸਕਦੀਆਂ। ਇਹਨਾਂ ਦੇ ਵਿੱਚ ਕਮਲਦੀਪ ਸਿੰਘ ਉਰਫ ਕਮਲ ਮੋਗੇ ਦਾ ਰਹਿਣ ਵਾਲਾ ਹੈ, ਤੇਜਿੰਦਰ ਉਰਫ ਤੇਜੂ ਉਹ ਰਾਉਕੇ ਕਲਾਂ ਮੋਗੇ ਦਾ ਰਹਿਣ ਵਾਲਾ ਹੈ, ਦਿਲਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਉਹ ਵੀ ਨਿਹਾਲ ਸਿੰਘ ਵਾਲਾ ਮੋਗੇ ਦਾ ਰਹਿਣ ਵਾਲਾ ਹੈ, ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਉਹ ਬਦਨੀ ਕਲਾਂ ਦਾ ਰਹਿਣ ਵਾਲਾ ਹੈ, ਦਿਲਰਾਜ ਸਿੰਘ ਉਰਫ ਆਕਾਸ਼ੀ ਉਹ ਵਾਸੀ ਲੋਪੋ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਹੈ, ਗੋਬਿੰਦ ਸਿੰਘ ਉਰਫ ਪੁੱਤਰ ਜਸਪਾਲ ਸਿੰਘ ਵਾਸੀ ਛਿਉਣ ਜ਼ਿਲ੍ਹਾ ਪਟਿਆਲੇ ਦਾ ਹੈ ਇੱਕ ਦੋਸ਼ੀ, ਅਤੇ ਬਾਕੀ 7ਵਾਂ ਲਵਪ੍ਰੀਤ ਸਿੰਘ ਉਰਫ ਲੱਭੂ ਉਹ ਵੀ ਮੋਗੇ ਦਾ ਰਹਿਣ ਵਾਲਾ ਹੈ। 6 ਬੇਸਿਕਲੀ ਮੋਗੇ ਦੇ ਰਹਿਣ ਵਾਲੇ ਨੇ, ਇੱਕ ਪਟਿਆਲੇ ਦਾ ਰਹਿਣ ਵਾਲਾ ਹੈ। ਤੁਹਾਨੂੰ ਪਹਿਲਾਂ ਦੱਸਿਆ ਜਗਦੀਪ ਸਿੰਘ ਉਰਫ ਜੱਗਾ ਦੂਰਕੋਟ ਹੈ, ਉਹਦੇ ਕਹਿਣ 'ਤੇ ਇਹਨਾਂ ਨੇ ਅਸਲਾ ਜਿਹੜਾ ਹੈ ਵੱਖਰੀ ਵੱਖਰੀ ਥਾਵਾਂ ਤੋਂ MP ਅਤੇ ਗੁਜਰਾਤ ਤੋਂ ਇਕੱਠਾ ਕੀਤਾ ਸੀ। ਕੁਛ ਅਣਪਛਾਤੀ ਥਾਂ ਤੋਂ ਇਹਨਾਂ ਨੇ ਅਸਲਾ ਚੱਕਿਆ ਵੀ ਸੀ ਉਹਦੇ ਕਹਿਣ 'ਤੇ। ਜੱਗਾ ਦੂਰਕੋਟ ਦਾ ਨਾਂ ਹਜੇ ਤੱਕ ਸਾਹਮਣੇ ਆਇਆ, ਉਹ ਐਕਸਟੋਰਸ਼ਨ ਮੰਗਦਾ ਸੀ। ਇਹ ਪਹਿਲਾਂ ਤੋਂ ਹੀ ਉਹਨੂੰ ਜਾਣਦੇ ਹੈ, ਕੁਛ ਇਹ ਕੇਸ ਵਾਰ ਹੈਗੇ ਅਤੇ ਨਾਲ ਦੇ ਪਿੰਡਾਂ ਦੇ ਹੈਗੇ, ਉਹਦੇ ਯਾਰ ਦੋਸਤ ਹੈਗੇ, ਪਹਿਲਾਂ ਤੋਂ ਉਹਨੂੰ ਜਾਣਦੇ ਹੈ। ਇਹਦੇ ਵਿੱਚ ਸੁਖਦੀਪ ਸਿੰਘ ਉਫ ਸੋਹਨ ਦੂਰਕੋਟ ਅਤੇ ਹਰਜੋਤ ਸਿੰਘ ਉਰਫ ਨੀਲਾ ਬਦਨੀ ਕਲਾਂ ਦਾ, ਇਹ 2 ਭਗੌੜੇ ਨੇ। ਇਹ ਉਹਦੇ ਨਾਲ ਟੱਚ 'ਚ ਵੀ ਹੈਗੇ ਸੀ, ਇਹਨਾਂ ਦਾ ਵੀ ਅਸੀਂ ਪਤਾ ਕਰ ਰਹੇ ਹਾਂ ਅਤੇ ਇਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰਾਂਗੇ। ਇਹ ਸਾਰੇ ਮਿਹਨਤ ਮਜ਼ਦੂਰੀ ਕਰਦੇ ਹੈ, ਬਾਕੀ ਇਹਨਾਂ ਦੇ ਪਰਚੇ ਦਰਜ ਨੇ ਪਹਿਲਾਂ ਦੇ, ਉਹ ਸਾਰੀ ਡਿਟੇਲ ਅਸੀਂ ਦਿੱਤੀ ਹੈ ਪ੍ਰੈਸ ਨੋਟ ਦੇ ਵਿੱਚ। ਹਜੇ ਤੱਕ ਫਾਇਰਿੰਗ ਨਹੀਂ ਕੀਤੀ, ਲੇਕਿਨ ਇਹਨਾਂ ਨੇ ਰੈਕੀ ਵਗੈਰਾ ਕੀਤੀ ਹੈ, ਕਾਫੀ ਬੰਦਿਆਂ ਦੀ ਇਹਨਾਂ ਨੇ ਰੈਕੀ ਕੀਤੀ ਹੈ। ਉਹ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਦੱਸਾਂਗੇ, ਤੁਹਾਨੂੰ ਇੰਨੀ ਡਿਟੇਲ ਅਸੀਂ ਹੁਣ ਇਸ ਮੌਕੇ 'ਤੇ ਦੱਸ ਨਹੀਂ ਸਕਦੇ, ਨਾ ਹੀ ਅਸੀਂ ਕੋਈ ਕੰਪਲੇਨੈਂਟ ਦਾ ਨਾਂ ਤੁਹਾਨੂੰ ਡਿਸਕਲੋਜ਼ ਕਰ ਸਕਦੇ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ, ਬਟ ਇਹਨਾਂ ਨੇ ਰੈਕੀ ਵਗੈਰਾ ਕੀਤੀ ਹੈ ਉਹਦੇ ਕਹਿਣ 'ਤੇ।